ਆਮ ਆਦਮੀ ਪਾਰਟੀ ਨੇ ਅਨਿਲ ਮਸੀਹ ਦੀ ਨਵੀਂ ਵੀਡੀਓ ਕੀਤੀ ਜਾਰੀ। ਮਸੀਹ ਦੀ ਮੰਗੀ ਗ੍ਰਿਫਤਾਰੀ, ਕਿਹਾ ਜਦੋਂ ਤੱਕ ਨਹੀਂ ਹੁੰਦੀ ਕਾਰਵਾਈ ਪ੍ਰਦਰਸ਼ਨ ਰਹੇਗਾ ਜਾਰੀ। 10 ਫਰਵਰੀ ਤੋਂ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਤੇ ਜਾਣ ਦੀ ਵੀ ਚੇਤਾਵਨੀ। ਪੰਜਾਬੀਆਂ ਦੇ ਲਈ ਸੀਐਮ ਮਾਨ ਦਾ ਵੱਡਾ ਐਲਾਨ, ਕਿਹਾ ਹੁਣ ਬਿਨਾਂ NOC ਤੋਂ ਹੋਣਗੀਆਂ ਸਾਰੀਆਂ ਰਜਿਸਟਰੀਆਂ, ਲੋਕਾਂ ਦੇ ਪੈਸੇ ਦਾ ਪਾਵਾਂਗਾ ਮੁੱਲ। ਪਰ ਨਾਲ ਹੀ ਕੀਤਾ ਵਾਅਦਾ, ਨਜਾਇਜ਼ ਕਲੋਨੀਆਂ ਤੋਂ ਮੁਕਤ ਹੋਵੇਗਾ ਪੰਜਾਬ। ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਦੇ ਨਿਯਮ ਦੇ ਵਿੱਚ ਹੋਵੇਗੀ ਤਬਦੀਲੀ। ਸੀਐਮ ਬੋਲੇ, ਟੈਸਟ ਦੇ ਵਿੱਚ 60 ਕਿਲੋ ਦਾ ਭਾਰ ਚੁੱਕਣ ਵਾਲਾ ਬਦਲਾਂਗੇ ਨਿਯਮ, ਕੁੜੀਆਂ ਦੀ ਭਰਤੀ ਦੇ ਲਈ ਰਾਹ ਕਰਾਂਗੇ ਪੱਧਰਾ। ਆਮ ਆਦਮੀ ਪਾਰਟੀ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਦੀ ਸ਼ੁਰੂਆਤ। ਸੀਐਮ ਮਾਨ ਨੇ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਦੇ ਵਿੱਚ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ। ਬੋਲੇ, ਹੁਣ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਹੀ ਹੋਣਗੇ ਲੋਕਾਂ ਦੇ ਕੰਮ, ਪਿੰਡ ਪਿੰਡ ਆਵੇਗੀ ਸਰਕਾਰ। ਚੰਡੀਗੜ੍ਹ ਮੇਅਰ ਚੋਣ ਦੇ ਬਹਾਨੇ ਮੁੱਖ ਮੰਤਰੀ ਮਾਨ ਦਾ BJP ਤੇ ਵਾਰ, ਕਿਹਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਹਿੱਲੇ ਫਿਰਦੇ ਨੇ ਸਾਰੇ, ਗਵਰਨਰ ਤੋਂ ਬਾਅਦ ਪਤਾ ਨਹੀਂ ਕਿਸ ਕਿਸ ਦੀ ਲੈਣਗੇ ਬਲੀ। ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਸਿਆਸੀ ਸੰਗਰਾਮ ਜਾਰੀ। ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਕਾਂਗਰਸ ਵੀ ਸੜਕਾਂ ਤੇ ਉਤਰੀ। ਚੰਡੀਗੜ੍ਹ ਯੂਥ ਕਾਂਗਰਸ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ। ਦਿੱਲੀ 'ਚ ED ਦਾ ਵੱਡਾ ਐਕਸ਼ਨ, ਆਮ ਆਦਮੀ ਪਾਰਟੀ ਦੇ ਕਈ ਵੱਡੇ ਆਗੂਆਂ ਦੇ ਘਰਾਂ ਦੇ ਉੱਤੇ ਰੇਡ, ਕੇਜਰੀਵਾਲ ਦੇ ਨਿੱਜੀ ਸਕੱਤਰ ਦੇ ਘਰ ਤੇ ਵੀ ਛਾਪੇਮਾਰੀ ਦੀ ਖਬਰ। ਆਮ ਆਦਮੀ ਪਾਰਟੀ ਨੇ ED ਤੇ ਫਰਜ਼ੀਵਾੜੇ ਦੇ ਲਗਾਏ ਇਲਜ਼ਾਮ, ਕਿਹਾ ਜਾਂਚ ਦੀਆਂ ਆਡੀਓ ਰਿਕਾਰਡਿੰਗਸ ਕੀਤੀਆਂ ਗਈਆਂ ਡਿਲੀਟ, ਤਾਂ BJP ਦਾ ਪਲਟਵਾਰ, ਇਲਜ਼ਾਮ ਤਾਂ ਸਾਰੇ ਲਗਾ ਲਏ, ਇਹ ਨਹੀਂ ਦੱਸਿਆ ED ਦੇ ਸਵਾਲਾਂ ਦਾ ਕਦੋਂ ਦੇਣਗੇ ਜਵਾਬ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਜਾਰੀ, ਅੱਜ ਜੰਡਿਆਲਾ ਗੁਰੂ ਤੋਂ ਹੋਈ ਸ਼ੁਰੂਆਤ, ਵੱਖ ਵੱਖ ਹਲਕਿਆਂ ਦੇ ਵਿੱਚ ਲੋਕਾਂ ਦੇ ਨਾਲ ਸੁਖਬੀਰ ਬਾਦਲ ਕਰ ਰਹੇ ਨੇ ਮੁਲਾਕਾਤ। ਗੜੇਮਾਰੀ ਕਰਕੇ ਹੋਏ ਨੁਕਸਾਨ ਦੀ ਭਰਪਾਈ ਕਰੇਗੀ ਹਰਿਆਣਾ ਸਰਕਾਰ, ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤਾ ਗਿਰਦਾਵਰੀ ਕਰਵਾਉਣ ਦਾ ਐਲਾਨ। ਬੋਲੇ, ਮੁਲਾਂਕਣ ਕਰਕੇ ਕਿਸਾਨਾਂ ਨੂੰ ਦਿੱਤਾ ਜਾਵੇਗਾ ਮੁਆਵਜ਼ਾ। ਮੱਧ ਪ੍ਰਦੇਸ਼ ਦੇ ਹਰਦਾ ਦੇ ਵਿੱਚ ਪਟਾਕਾ ਫੈਕਟਰੀ 'ਚ ਵੱਡਾ ਬਲਾਸਟ, 9 ਲੋਕਾਂ ਦੀ ਮੌਤ ਦੀ ਖਬਰ, 100 ਤੋਂ ਜ਼ਿਆਦਾ ਜ਼ਖਮੀ, ਧਮਾਕੇ ਕਰਕੇ ਨੇੜੇ ਤੇੜੇ ਦੇ ਕਈ ਘਰਾਂ ਨੂੰ ਵੀ ਲੱਗੀ ਅੱਗ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ, ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਸਭ ਤੋਂ ਪਹਿਲਾਂ ਗੱਲ ਮੇਅਰ ਚੋਣ ਦੀ, ਜਿਸ ਦੇ ਉੱਤੇ ਮਹਾਭਾਰਤ ਜਾਰੀ ਹੈ। ਚੰਡੀਗੜ੍ਹ ਦੀ ਮੇਅਰ ਦੀ ਚੋਣ ਇਸ ਸਮੇਂ ਪੰਜਾਬ ਤੇ ਦਿੱਲੀ ਸਣੇ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਇਸਦੀ ਗੂੰਜ ਸੁਣਾਈ ਦੇ ਰਹੀ ਹੈ। ਆਮ ਆਦਮੀ ਪਾਰਟੀ ਲਗਾਤਾਰ ਮੋਰਚਾ ਖੋਲੀ ਹੋਈ ਹੈ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਇਸ ਸਮੇਂ ਦੀ ਅਹਿਮ ਖਬਰ ਹੈ। ਆਮ ਆਦਮੀ ਪਾਰਟੀ ਨੇ ਅਨਿਲ ਮਸੀਹ ਦੇ ਖਿਲਾਫ ਮੋਰਚਾ ਖੋਲਿਆ ਹੋਇਆ। ਅਨਿਲ ਮਸੀਹ ਦੀ ਨਵੀਂ ਵੀਡੀਓ ਵੀ ਜਾਰੀ ਕਰ ਦਿੱਤੀ ਗਈ। ਅਨਿਲ ਮਸੀਹ ਕੌਣ ਹੈ? ਅਨਿਲ ਮਸੀਹ ਪ੍ਰਿਜ਼ਾਈਡਿੰਗ ਆਫੀਸਰ ਨੇ, ਜਿਨ੍ਹਾਂ ਦੇ ਵੱਲੋਂ ਵੋਟਾਂ ਦੀ ਕਾਊਂਟਿੰਗ ਕੀਤੀ ਗਈ, ਉਹ ਤੁਸੀਂ ਵੀਡੀਓ ਦੇਖ ਸਕਦੇ ਹੋ। ਅਨਿਲ ਮਸੀਹ ਦੀ ਗ੍ਰਿਫਤਾਰੀ ਹੋਣ ਤੱਕ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ, ਤੇ ਕਿਹਾ ਕਿ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਸ ਵੇਲੇ ਤੱਕ ਅਸੀਂ ਪ੍ਰਦਰਸ਼ਨ ਕਰਾਂਗੇ। 10 ਤਰੀਕ ਤੋਂ ਅਣਮਿੱਥੇ ਸਮੇਂ ਦੇ ਲਈ ਭੁੱਖ ਹੜਤਾਲ ਦਾ ਵੀ ਐਲਾਨ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਹੈ। ਅਨਿਲ ਮਸੀਹ ਨੇ ਲੋਕਤੰਤਰ ਦਾ ਕਤਲ ਕੀਤਾ ਹੈ, ਇਹ ਇਲਜ਼ਾਮ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਏ ਜਾ ਰਹੇ ਨੇ। BJP ਦੇ ਕਹਿਣ ਦੇ ਉੱਤੇ ਲੋਕਤੰਤਰ ਦਾ ਕਤਲ ਕੀਤਾ ਗਿਆ ਹੈ। ਸੁਪਰੀਮ ਫਟਕਾਰ ਤੋਂ ਬਾਅਦ ਪਿਕਚਰ ਬਦਲੀ ਹੈ, ਤਾਂ ਆਮ ਆਦਮੀ ਪਾਰਟੀ ਦੇ ਇਲਜ਼ਾਮ ਨੇ, ਜਿਹੜੀ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇੱਕ ਤਾਂ ਵੀਡੀਓ ਉੱਪਰ ਵਾਲੀ ਜਿਹੜੀ ਅਨਿਲ ਮਸੀਹ ਦੀ, ਜਦੋਂ ਉਹ ਵੋਟਾਂ ਦੀ ਚੈਕਿੰਗ ਕਰ ਰਹੇ ਸੀ ਔਰ ਬੈਲਟ ਪੇਪਰ ਦੇ ਉੱਤੇ ਇਲਜ਼ਾਮ ਹੈ ਕਿ ਕੁਝ ਟਿਕ ਮਾਰਕ ਲਗਾ ਦਿੱਤੇ ਗਏ, ਜਿਸ ਦੀ ਵਜ੍ਹਾ ਦੇ ਨਾਲ ਜਿਹੜਾ ਬੈਲਟ ਪੇਪਰ ਆ ਉਹ ਅਨਇਨਵੈਲਿਡ ਕਰਾਰ ਦੇ ਦਿੱਤਾ ਗਿਆ, ਤੇ ਆਮ ਆਦਮੀ ਪਾਰਟੀ ਲਗਾਤਾਰ ਹਮਲਾਵਰ ਹੈ। ਆਮ ਆਦਮੀ ਪਾਰਟੀ ਨੇ ਬਕਾਇਦਾ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ, ਉਹ ਵੀ ਤੁਸੀਂ ਹੇਠਾਂ ਵਾਲੀ ਵੀਡੀਓ ਜਿਹੜੀ ਦੇਖ ਰਹੇ ਹੋ
ਉਸਦੇ ਵਿੱਚ ਬੀਜੇਪੀ ਦੇ ਕੌਂਸਲਰ ਕੈਮਰਿਆਂ ਨੂੰ ਅਨਿਲ ਮਸੀਹ ਕੇ ਉੱਪਰ ਸੇ ਜ਼ਬਰਦਸਤੀ ਹਟਵਾਤੇ ਹੋਏ। ਇਹ ਆਮ ਆਦਮੀ ਪਾਰਟੀ ਦਾ ਦਾਅਵਾ, ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਹੈ, ਇਸ ਤੁਸੀਂ ਕਹਿ ਸਕਦੇ ਹੋ ਟੈਕਸਟ ਦੇ ਨਾਲ ਜਿਹੜੀ ਵੀਡੀਓ ਦੇ ਉੱਪਰ ਟੈਕਸਟ ਤੁਹਾਨੂੰ ਨਜ਼ਰ ਆ ਰਿਹਾ, ਬੀਜੇਪੀ ਨੋਮੀਨੇਟਡ MC ਸਤਿੰਦਰ ਸਿੱਧੂ। ਇਹ ਆਮ ਆਦਮੀ ਪਾਰਟੀ ਦੀ ਵੀਡੀਓ ਜਿਹੜੀ ਜਾਰੀ ਕੀਤੀ ਗਈ ਆ, ਉਸਦੇ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਨੇ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਬੀਜੇਪੀ ਦੇ ਪਾਰਸ਼ਦ ਕੈਮਰਿਆਂ ਨੂੰ ਅਨਿਲ ਮਸੀਹ ਦੇ ਉੱਤਰੋਂ ਜ਼ਬਰਦਸਤੀ ਹਟਵਾ ਰਹੇ ਸਨ, ਕਿ ਅਨਿਲ ਮਸੀਹ ਦੇ ਉੱਤੇ ਜਿਹੜੇ ਫੋਕਸ ਕਰ ਰਹੇ ਨੇ ਕੈਮਰੇ, ਉਹਨਾਂ ਨੂੰ ਹਟਾ ਦਿੱਤਾ ਜਾਵੇ। ਹੁਣ ਸਵਾਲ ਇਹੀ ਹੈ ਕਿ ਆਖਿਰ ਪੂਰਾ ਘਟਨਾਕ੍ਰਮ ਹੋਇਆ ਕੀ ਹੈ। ਜਾਂਚ ਦਾ ਵਿਸ਼ਾ ਜ਼ਰੂਰ ਹੈ, ਪਰ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਪਿਕਚਰ ਬਦਲੀ ਹੋਈ ਜ਼ਰੂਰ ਨਜ਼ਰ ਆ ਰਹੀ। ਇੱਥੇ ਅਸੀਂ ਰੀਲੇ ਭੁੱਖ ਹੜਤਾਲ ਸ਼ੁਰੂ ਕਰ ਚੁੱਕੇ ਸੀ ਆਲਰੇਡੀ, ਅੱਜ ਤੀਜਾ ਦਿਨ। ਸਾਨੂੰ ਦੋ ਦਿਨ ਪੁਲਿਸ ਚੱਕਦੀ ਰਹੀ ਹੈ, ਪਰ ਸੁਪਰੀਮ ਕੋਰਟ ਦੇ ਆਰਡਰ ਆਉਣ ਤੋਂ ਬਾਅਦ ਸਾਨੂੰ ਰਿਲੀਵ ਹੈ ਅੱਜ। ਸੈਕਿੰਡ ਚੀਜ਼ ਜਿਹੜੀ ਹੋਈ ਹੈ, ਜਿਹੜੀ ਹੋਰ ਅਸੀਂ ਕਹਿਣਾ ਚਾਹਾਂਗੇ, ਅੱਜ ਅਸੀਂ ਕੈਂਡਲ ਮਾਰਚ ਸ਼ੁਰੂ ਕਰਾਂਗੇ ਹਰ ਚੌਂਕਾਂ ਦੇ ਉੱਤੇ ਚੰਡੀਗੜ੍ਹ ਦੇ, ਹਰ ਵਾਰਡ ਦੇ ਅੰਦਰ ਚੰਡੀਗੜ੍ਹ ਦੇ ਅਸੀਂ ਜਾਵਾਂਗੇ, ਇਹ ਵੀਡੀਓਜ਼ ਜਿਹੜੀਆਂ ਇਹ ਪਬਲਿਕ ਹੋਰ ਕਰਾਂ। ਹਾਲਾਂਕਿ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ, ਪਰ ਉਹ ਕਰਾਂ। ਔਰ 10 ਤਰੀਕ ਤੋਂ ਇੱਥੇ ਅਨਸ਼ਨ 'ਤੇ ਰੈਗੂਲਰ ਜਿਹਨੂੰ ਕਹਿੰਦੇ ਉਸ 'ਤੇ ਬੈਠ ਜਾਵਾਂਗੇ, ਜੇ ਅਨਿਲ ਮਸੀਹ ਤਦ ਤੱਕ ਅੰਦਰ ਨਾ ਹੋਇਆ ਤਾਂ। ਮੈਂ ਤਾਂ ਕਹਿ ਰਿਹਾ ਕਿ ਜੇ ਕਿਸੇ ਨੇ ਟੈਂਪਰਿੰਗ ਕੀਤੀ ਹੈ ਤਾਂ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਏ, ਪਰ ਜੇ ਤੁਸੀਂ ਮੈਡਲ ਕੀਤਾ ਡੈਮੋਕ੍ਰੇਸੀ ਦਾ ਅਤੇ ਅਨਿਲ ਮਸੀਹ ਜੀ ਨੂੰ ਬਚਾਓ, ਉਹਨਾਂ ਨੂੰ ਸਮਝਾਓ, ਬਚਾਓ, ਜੋ ਮਰਜ਼ੀ ਕਰੋ, ਪਰ ਇਹ ਜਿਹੜਾ ਰਿਕਾਰਡ ਹੈ ਨਾ, ਇਹ ਆਇਆ ਨਾ ਕੋਈ, ਕਿਉਂਕਿ ਅਨਿਲ ਮਸੀਹ ਇਕੱਲਾ ਇੱਕ ਕੰਮ ਨਹੀਂ ਕਰ ਸਕਦਾ, ਇਹ ਇੱਕ ਐਕਟਰ ਤਾਂ ਹੈ, ਪਰ ਜਿਸ ਹਿਸਾਬ ਨਾਲ ਅਨੂਪ ਗੁਪਤਾ ਜੀ ਨੂੰ ਡੀਪ ਨੌਲੇਜ ਸੀ, ਕਿਉਂਕਿ ਮੇਅਰ ਰਹੇ ਨੇ, ਉਹਨਾਂ ਨੇ ਹਰ ਇੱਕ ਚੀਜ਼ ਪਹਿਲਾਂ ਪਲਾਨ ਕੀਤੀ ਗਈ ਹੈ ਲੱਗ ਰਿਹਾ, ਕਿਉਂਕਿ ਜਿਸ ਹਿਸਾਬ ਨਾਲ ਉਹ ਸਾਰਿਆਂ ਨੂੰ, ਤੁਸੀਂ ਅਗਰ ਵੀਡੀਓ ਨੰਬਰ 2 ਅੱਛੀ ਤਰ੍ਹਾਂ ਦੇਖੋਗੇ, ਉਸ 'ਚ ਸਭ ਤੋਂ ਪਹਿਲਾਂ ਕਹਿੰਦੇ ਨੇ ਸਾਰਿਆਂ ਨੂੰ ਵੀ ਰੋਲਾ ਪਾਓ, ਵੈਲ 'ਚ ਚਲੇ ਜਾਓ, ਵੈਲ 'ਚ ਜਾਣ ਦਾ ਕੋਈ ਮਤਲਬ ਨਹੀਂ ਸੀ, ਵੈਲ 'ਚ ਚਲੇ ਜਾਓ। ਕਨਵਰ ਰਾਣਾ ਜੀ ਕੈਮਰੇ ਹਿਲਾਉਂਦੇ ਹੋਏ ਦਿਖਦੇ ਪਏ ਨੇ, ਜਸਮਨ ਜੀ ਦਿਖਦੇ ਪਏ ਨੇ, ਇੱਕ ਉਹਨਾਂ ਦੇ ਨੋਮੀਨੇਟਡ ਕੌਂਸਲਰ ਜਿਹੜਾ ਭਜਾ ਕੇ ਲੈ ਕੇ ਵੀ ਗਿਆ ਸੀ ਉਹਨੂੰ ਬਿਠਾਉਣ ਲਈ, ਉਹ ਵੀ ਦਿਖਦੇ ਪਏ ਨੇ। ਉਸ ਤੋਂ ਬਾਅਦ ਜਦ ਕੰਮ ਹੋ ਜਾਂਦਾ, ਕਿਉਂਕਿ ਉਹਨਾਂ ਨੇ ਪਹਿਲੇ 'ਚ ਹੀ ਕੀਤਾ, ਜਦ ਕੰਮ ਹੋ ਜਾਂਦਾ ਆ ਕੇ ਕਹਿੰਦੇ ਨੇ ਕਿ ਜੀ ਆਪਣਾ ਕੰਮ ਹੋ ਗਿਆ, ਫਿਰ ਸਾਰੇ ਵਾਪਸ ਬੈਠ ਜਾਂਦੇ। ਆ ਕੇ ਮਿਸਿਸ ਬਬਲਾ ਨੂੰ ਕਹਿ ਰਹੇ ਜੀ ਹੋ ਗਏ, ਉਹ ਖੁਸ਼ੀ ਹੋ ਕੇ ਉਹਨਾਂ ਨੂੰ ਪੈਟ ਕਰਦੇ ਨੇ ਕਿ ਵੀ ਅੱਛਾ, ਵੈਰੀ ਗੁੱਡ, ਬਹੁਤ ਅੱਛਾ ਕੰਮ ਕਰ। ਮੈਂ ਕਹਿੰਦਾ ਜੇ ਚੋਰੀਆਂ ਦੇ ਉੱਤੇ ਨਕਲੀ ਕੰਮ, ਗਲਤ ਕੰਮ ਕਰਕੇ ਲੋਕਾਂ ਨੂੰ ਥਾਪੀਆਂ ਦਿੱਤੀਆਂ ਜਾ ਰਹੀਆਂ, ਤੇ ਆਪਣਾ ਦੇਸ਼ ਕਿੱਧਰ ਨੂੰ ਜਾ ਰਿਹਾ। ਤਾਂ ਖੂਬ ਇਲਜ਼ਾਮ ਤਰਾਸ਼ੀਆਂ ਦਾ ਦੌਰ ਜਾਰੀ ਹੈ। ਉਧਰ ਚੰਡੀਗੜ੍ਹ ਮੇਅਰ ਚੋਣਾਂ ਦੇ ਬਹਾਨੇ ਮੁੜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ। ਸੀਐਮ ਨੇ ਮੇਅਰ ਚੋਣਾਂ ਅਤੇ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਲੈ ਕੇ ਵੀ ਬੀਜੇਪੀ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ CJI ਦੀ ਟਿੱਪਣੀ ਤੋਂ ਬਾਅਦ ਹਰ ਕੋਈ ਕੰਬ ਰਿਹਾ ਹੈ। ਰਾਜਪਾਲ ਤੋਂ ਬਾਅਦ ਅਗਲੀ ਬਲੀ ਕਿਸ ਦੀ ਹੋਵੇਗੀ ਨਹੀਂ ਪਤਾ। ਸੁਪਰੀਮ ਕੋਰਟ ਦਾ ਆਰਡਰ ਆਇਆ ਕਿ ਆਹ ਡੈਮੋਕ੍ਰੇਸੀ ਹੈ ਯਾਰ, ਤੁਸੀਂ ਲੋਕਾਂ ਦੀਆਂ ਵੋਟਾਂ ਦਾ ਆਹ ਮਜ਼ਾਕ ਬਣਾ ਰਹੇ ਹੋ ਤੁਸੀਂ। ਵੋਟ ਕਿਸੇ ਨੂੰ ਪਾਈ ਹੈ, ਨਿਕਲਦੀ ਕਿਤੋਂ, ਜਾਂਦੀ ਕਿਤੇ ਹੈ, ਰਿਜ਼ਲਟ ਕਿਤੋਂ ਹੋਰ ਆਉਂਦਾ। ਸੀਐਮ ਨੇ ਪ੍ਰੈਜ਼ਾਈਡਿੰਗ ਆਫੀਸਰ ਅਨਿਲ ਮਸੀਹ ਦੀ ਐਕਟਿੰਗ ਵੀ ਕਰਕੇ ਦਿਖਾਈ, ਜਿਵੇਂ ਕਿ ਉਹ ਵੀਡੀਓ ਦੇ ਵਿੱਚ ਕਰ ਰਹੇ ਨੇ, ਜੋ ਕਿ ਸੁਪਰੀਮ ਕੋਰਟ ਦੇ ਵਿੱਚ ਦਿਖਾਈ ਗਈ ਸੀ। ਹੱਲੇ ਫਿਰਦੇ ਵੀ ਆਹ ਕੀ ਹੋ ਗਿਆ, ਉਹਨੇ ਕਰਿਆ ਵੀ ਇਦਾਂ। ਦਰਅਸਲ ਇਸ ਵੀਡੀਓ ਨੂੰ ਦੇਖ ਕੇ ਚੀਫ ਜਸਟਿਸ ਆਫ ਇੰਡੀਆ ਨੇ ਕਿਹਾ ਸੀ ਕਿ ਇਹ ਚੋਣ ਹੈ ਜਾਂ ਮਜ਼ਾਕ ਹੈ, ਸ਼ਰੇਆਮ ਲੋਕਤੰਤਰ ਦਾ ਕਤਲ ਅਸੀਂ ਨਹੀਂ ਹੋਣ ਦੇਵਾਂਗੇ। ਤਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੋਂ ਬਾਅਦ ਸਥਿਤੀ ਚੰਡੀਗੜ੍ਹ ਦੀ ਮੇਅਰ ਚੋਣ ਨੂੰ ਲੈ ਕੇ ਬਦਲੀ ਹੋਈ ਨਜ਼ਰ ਆ ਰਹੀ ਹੈ। ਇਸ ਸਭ ਦੇ ਵਿਚਾਲੇ ਇੰਤਜ਼ਾਰ ਹੈ 19 ਫਰਵਰੀ ਵਾਲੀ ਸੁਣਵਾਈ ਦਾ ਕਿ ਉਸਦੇ ਵਿੱਚ ਹੁੰਦਾ ਕੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਮੇਅਰ ਚੋਣਾਂ ਦੁਬਾਰਾ ਹੋ ਸਕਦੀਆਂ ਨੇ। ਉੱਧਰ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਯੂਥ ਕਾਂਗਰਸ ਵੀ ਸੜਕਾਂ ਦੇ ਉੱਤੇ ਉਤਰ ਆਈ।
ਯੂਥ ਕਾਂਗਰਸ ਦੇ ਵਰਕਰਾਂ ਨੇ ਪ੍ਰੈਜ਼ਾਈਡਿੰਗ ਆਫੀਸਰ ਅਨਿਲ ਮਸੀਹ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਤੇ ਖੂਬ ਨਾਰੇਬਾਜ਼ੀ ਕੀਤੀ। ਹਮ ਇਨਕੇ ਪੁਤਲੇ ਤੇ ਇਹ ਕਾਲਸ ਜੁੱਤੀਓਂ ਕਾ ਹਾਰ ਕਿ ਆਗੇ ਸੇ ਐਸੀ ਗਲਤੀ ਕੋਈ ਨਾ ਕਰੇ ਔਰ ਜੋ ਇਹਨਾਂ ਨੇ ਕੀਆ ਇਨਕੋ ਸਜ਼ਾ ਮਿਲਣੀ ਚਾਹੀਏ। ਚੰਡੀਗੜ੍ਹ ਮੇਅਰ ਚੋਣਾਂ ਦਾ ਉਹ ਵੀਡੀਓ ਵੀ ਸਾਹਮਣੇ ਆਇਆ ਜਿਸ ਨੂੰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ। ਵੀਡੀਓ 'ਚ ਪ੍ਰੈਜ਼ਾਈਡਿੰਗ ਆਫੀਸਰ ਅਨਿਲ ਮਸੀਹ ਬੈਲਟ ਪੇਪਰ ਦੇ ਉੱਤੇ ਟਿਕ ਕਰਨ ਤੋਂ ਬਾਅਦ ਸੀਸੀਟੀਵੀ ਕੈਮਰੇ 'ਚ ਦੇਖ ਰਹੇ ਨੇ। ਵੀਡੀਓ ਦੇਖਣ ਤੋਂ ਬਾਅਦ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਨੇ ਸਖਤ ਟਿੱਪਣੀ ਕੀਤੀ ਸੀ ਅਤੇ CJI ਨੇ ਅਗਲੀ ਸੁਣਵਾਈ 'ਚ ਪ੍ਰੈਜ਼ਾਈਡਿੰਗ ਆਫੀਸਰ ਅਨਿਲ ਮਸੀਹ ਨੂੰ ਵੀ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਹੈ। ਖੈਰ, ਜਦੋਂ ਚੋਣਾਂ ਨੂੰ ਲੈ ਕੇ ਖੂਬ ਦਾਅਵੇ ਜਾਂ ਸਵਾਲ ਚੁੱਕੇ ਜਾ ਰਹੇ ਹੋਣ, ਇਸ ਸਭ ਦੇ ਵਿਚਾਲੇ ਸੁਪਰੀਮ ਕੋਰਟ ਟਿੱਪਣੀ ਕਰ ਦੇਵੇ ਕਿ ਇਹ ਤਾਂ ਲੋਕਤੰਤਰ ਦਾ ਕਤਲ ਹੋਣ ਵਾਂਗ ਇਹ ਸਭ ਕੁਝ ਹੋਇਆ ਹੈ। ਖੈਰ, ਹੁਣ 19 ਤਰੀਕ ਦੇ ਉੱਤੇ ਨਜ਼ਰਾਂ ਰਹਿਣਗੀਆਂ ਅਤੇ ਜਦੋਂ ਸੁਪਰੀਮ ਕੋਰਟ ਦੀਆਂ ਅਜਿਹੀਆਂ ਟਿੱਪਣੀਆਂ ਹੋਣ ਫਿਰ ਫਰਕ ਤਾਂ ਪੈਂਦਾ ਹੈ। ਉੱਧਰ ਪੰਜਾਬ ਦੇ ਵਿੱਚ ਹੁਣ ਹਰ ਤਰ੍ਹਾਂ ਦੀ ਰਜਿਸਟਰੀ ਤੋਂ NOC ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ। ਇਹ ਐਲਾਨ CM ਮਾਨ ਨੇ ਮੋਹਾਲੀ ਡੇਰਾਬੱਸੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਕੇ ਦੁਆਰ ਮੁਹਿੰਮ ਦੀ ਸ਼ੁਰੂਆਤ ਦੇ ਦੌਰਾਨ ਕੀਤਾ। CM ਨੇ ਕਿਹਾ ਕਿ ਹੁਣ ਸੂਬੇ ਦੇ ਵਿੱਚ ਹਰ ਤਰ੍ਹਾਂ ਦੇ ਮਕਾਨ ਜਾਂ ਪਲਾਟ ਦੀ ਰਜਿਸਟਰੀ ਦੇ ਵਿੱਚ NOC ਦੀ ਸ਼ਰਤ ਨੂੰ ਉਹ ਖਤਮ ਕਰਦੇ ਨੇ, ਪਰ ਹੁਣ ਇਲੀਗਲ ਕਾਲੋਨੀ ਨਹੀਂ ਬਣੇਗੀ। ਜਿੰਨੀਆਂ ਵੀ ਰਜਿਸਟਰੀਆਂ ਹੋਣਗੀਆਂ, ਜਿਸ ਕਿਸਮ ਦੀ ਵੀ ਰਜਿਸਟਰੀ ਹੋਣਗੇ, ਸਾਰਿਆਂ ਤੋਂ NOC ਖਤਮ। ਪਰ ਅੱਗੇ ਤੋਂ ਕੋਈ ਇਲੀਗਲ ਕਲੋਨੀ ਨਹੀਂ ਸੀ ਬਣਨੀ। ਇਸ ਤੋਂ ਪਹਿਲਾਂ CM ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਸੰਬੰਧੀ ਇੱਕ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ। ਸਰਕਾਰ ਦੇ ਤਮਾਮ ਫੈਸਲੇ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਖੇ ਜਾ ਰਹੇ ਨੇ। ਇਸ ਤੋਂ ਪਹਿਲਾਂ ਸਰਕਾਰ ਨੇ ਇੰਤਕਾਲ ਦੇ ਕੈਂਪ ਲਗਾਏ ਸਨ, ਫਿਰ ਮਕਾਨਾਂ ਦੇ ਨਕਸ਼ਿਆਂ ਦੇ ਵਿੱਚ ਸੈਲਫ ਅਟੈਸਟਡ ਦੀ ਸਹੂਲਤ ਦਿੱਤੀ। ਇਸ ਦੇ ਨਾਲ ਹੀ 10 ਲੱਖ ਰਾਸ਼ਨ ਕਾਰਡ ਵੀ ਬਹਾਲ ਕੀਤੇ ਗਏ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਦੇ ਨਿਯਮ ਬਦਲੇ ਜਾਣਗੇ, ਇਹ ਐਲਾਨ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ। ਔਰ CM ਮਾਨ ਇਸ ਨੂੰ ਮਹਿਲਾਵਾਂ ਦੇ ਲਈ ਵੱਡਾ ਐਲਾਨ ਤੇ ਤੋਹਫਾ ਕਹਿ ਰਹੇ ਨੇ। ਮਹਿਲਾਵਾਂ ਨੂੰ ਫਿਜ਼ੀਕਲ ਟੈਸਟ ਦੇ ਵਿੱਚ ਰਾਹਤ ਮਿਲੇਗੀ, 60 ਕਿਲੋ ਭਾਰ ਚੁੱਕਣ ਦੀ ਸ਼ਰਤ ਦੇ ਵਿੱਚ ਬਦਲਾਅ ਹੋਏਗਾ। ਦਰਅਸਲ ਡੇਰਾਬੱਸੀ ਦੇ ਵਿੱਚ CM ਮਾਨ ਦੇ ਸਾਹਮਣੇ ਉਹਨਾਂ ਮਹਿਲਾਵਾਂ ਨੇ ਮਸਲਾ ਚੁੱਕਿਆ ਜਿਨ੍ਹਾਂ ਨੇ ਫਾਇਰ ਵਿਮੈਨ ਦੇ ਐਗਜ਼ਾਮ ਦਿੱਤੇ ਸਨ, ਕਿ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਦੇ ਐਗਜ਼ਾਮ ਦਿੱਤੇ ਸੀ ਅਤੇ ਉਹਨਾਂ ਨੇ CM ਦੇ ਨਾਲ ਮੁਲਾਕਾਤ ਦੇ ਦੌਰਾਨ ਕਿਹਾ ਕਿ ਦੇਖੋ ਉੱਥੇ ਸਾਨੂੰ ਕਹਿੰਦੇ ਕਿ 60 ਕਿਲੋ ਦਾ ਭਾਰ ਚੁੱਕ ਕੇ ਦਿਖਾਓ, ਤਾਂ ਕੀ ਮਹਿਲਾਵਾਂ ਦੇ ਲਈ ਇਸ ਦੇ ਨਿਯਮ ਦੇ ਵਿੱਚ ਰਾਹਤ ਨਹੀਂ ਹੋਣੀ ਚਾਹੀਦੀ। ਖੈਰ, ਉੱਥੇ ਖੂਬ ਗੱਲਬਾਤ ਹੁੰਦੀ ਰਹੀ ਅਤੇ ਉਸ ਤੋਂ ਬਾਅਦ CM ਨੇ ਕਿਹਾ ਕਿ ਠੀਕ ਹੈ, ਅਸੀਂ ਇਹਨਾਂ ਨਿਯਮਾਂ ਦੇ ਵਿੱਚ ਬਦਲਾਅ ਕਰਾਂਗੇ। ਯਾਨੀ ਫਾਇਰ ਬ੍ਰਿਗੇਡ ਦੇ ਵਿੱਚ ਜਿਹੜੀ ਭਰਤੀ ਹੁੰਦੀ ਹੈ ਉਸ ਦੇ ਵਿੱਚ ਬਦਲਾਅ ਜਲਦੀ ਹੋਣ ਜਾ ਰਿਹਾ, ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ। ਕੁੜੀਆਂ ਕ੍ਰਿਕਟ ਖੇਡਦੀਆਂ, ਕੁੜੀਆਂ ਦੇ ਛੱਕੇ ਵੀ ਹੈਗੇ ਨੇ, ਪਰ ਗਰਾਊਂਡ ਥੋੜਾ ਛੋਟਾ ਹੁੰਦਾ। ਪਰਮਾਤਮਾ, ਚਲੋ ਜੈਂਡਰ ਕੋਲੇਸ਼ਨ ਤਾਂ ਹੈਗੀ ਹੈ, ਮੁੰਡੇ ਕੁੜੀਆਂ ਨੌਕਰੀ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ, ਨੰਬਰਾਂ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ, ਹਮੇਸ਼ਾ ਫਸਟ ਹੀ ਆਉਂਦੀਆਂ ਨੇ। ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰ ਦੋਗੇ ਤੁਸੀਂ? ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ। ਅੱਜ ਹੀ ਫਾਈਲ ਮੰਗਾਉਂਗਾ ਔਰ ਭੈਣੇ ਹਫਤੇ ਦੇ ਵਿੱਚ ਵਿੱਚ
ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ। ਤਾਂ ਮੁੱਖ ਮੰਤਰੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਜਿਹੜੀ ਫਾਇਰ ਬ੍ਰਿਗੇਡ ਦੇ ਵਿੱਚ ਭਰਤੀ ਸੀ ਉਸ ਨੂੰ ਲੈ ਕੇ 1400 ਮਹਿਲਾਵਾਂ ਨੇ ਫੀਮੇਲਸ ਨੇ ਉਹ ਪੇਪਰ ਦਿੱਤਾ ਸੀ ਉਸਦੇ ਉੱਤੇ ਹੁਣ ਗੌਰ ਕੀਤਾ ਜਾਏਗਾ। ਸੀਐਮ ਨੇ ਐਲਾਨ ਕਰ ਦਿੱਤਾ ਇੱਕ ਹਫ਼ਤੇ ਦੇ ਅੰਦਰ ਹੀ ਫਾਈਲ ਮੰਗਾਉਣਗੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਮੱਧ ਪ੍ਰਦੇਸ਼ ਦੇ ਹਰਦਾ ਦੇ ਵਿੱਚ ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਇਆ। ਹਾਦਸੇ ਦੇ ਵਿੱਚ 9 ਲੋਕਾਂ ਦੀ ਮੌਤ ਹੋਈ ਹੈ ਜਦਕਿ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਨੇ ਔਰ ਅੱਗ ਦੇ ਤਾਂਡਵ ਦੀਆਂ ਇਹ ਤਸਵੀਰਾਂ ਮੱਧ ਪ੍ਰਦੇਸ਼ ਦੇ ਹਰਦਾ ਦੀ। ਬਲਾਸਟ ਇੰਨਾ ਭਿਆਨਕ ਸੀ ਕਿ ਕਈ ਕਿਲੋਮੀਟਰ ਤੋਂ ਵੀ ਧੂਏ ਦਾ ਗੁਬਾਰ ਨਜ਼ਰ ਆ ਰਿਹਾ ਸੀ। ਕਰੀਬ 1 ਘੰਟੇ ਤੱਕ ਧਮਾਕੇ ਹੁੰਦੇ ਰਹੇ। ਦੱਸਿਆ ਜਾ ਰਿਹਾ ਕਿ ਫੈਕਟਰੀ ਦੇ ਆਲੇ ਦੁਆਲੇ ਸੜਕ ਦੇ ਉੱਤੇ ਕੁਝ ਲਾਸ਼ਾਂ ਵੀ ਪਈਆਂ ਹੋਈਆਂ ਮਿਲੀਆਂ ਨੇ। 25 ਤੋਂ ਜ਼ਿਆਦਾ ਜ਼ਖਮੀਆਂ ਨੂੰ ਹਰਦਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਟਾਕਿਆਂ ਦੀ ਇਹ ਫੈਕਟਰੀ ਮਗਰਦਾ ਰੋਡ ਦੇ ਉੱਤੇ ਬੈਰਾਗੜ੍ਹ ਪਿੰਡ ਦੇ ਵਿੱਚ ਹੈ। ਧਮਾਕੇ ਦੀ ਲਪੇਟ ਦੇ ਵਿੱਚ ਆਉਣ ਨਾਲ ਕਈ ਰਾਹਗੀਰ ਆਪਣੇ ਵਾਹਨ ਸਣੇ ਦੂਰ ਉੱਛਲ ਕੇ ਡਿੱਗੇ। ਧਮਾਕਾ ਇੰਨਾ ਤੇਜ਼ ਸੀ ਕਿ ਪੂਰੇ ਸ਼ਹਿਰ ਦੇ ਵਿੱਚ ਇਸਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਦੀ ਜਾਣਕਾਰੀ ਆਤੇ ਹਮਨੇ ਤੁਰੰਤ ਆਪਣੇ ਪ੍ਰਸ਼ਾਸਨ ਕੋ ਇਕੱਠੇ ਕਰਕੇ ਹੋਏ ਜੋ ਹੋ ਸਕਤਾ ਵੋ ਸਭ ਕਰਨੇ ਕੇ ਲੀਏ ਲਗਭਗ 50 ਸੇ ਜ਼ਿਆਦਾ ਐਂਬੂਲੈਂਸ ਹਮਨੇ ਰਵਾਨਾ ਕਰ ਦੀ ਹੈ। ਦੱਸਿਆ ਜਾ ਰਿਹਾ ਕਿ ਫੈਕਟਰੀ ਦੇ ਆਲੇ ਦੁਆਲੇ ਬਣੇ ਘਰਾਂ ਦੇ ਵਿੱਚ ਬਾਰੂਦ ਰੱਖਿਆ ਗਿਆ ਸੀ। ਧਮਾਕੇ ਤੋਂ ਬਾਅਦ ਇਹਨਾਂ ਘਰਾਂ ਦੇ ਵਿੱਚ ਵੀ ਅੱਗ ਲੱਗ ਗਈ। ਅਹਿਤਿਆਤਨ 100 ਤੋਂ ਜ਼ਿਆਦਾ ਘਰਾਂ ਨੂੰ ਖਾਲੀ ਕਰਵਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਉਧਰ ਹਰਦਾ ਦਾ ਸਥਾਨਕ ਪ੍ਰਸ਼ਾਸਨ ਫੈਕਟਰੀ ਨੂੰ ਪਹਿਲਾਂ ਹੀ ਅਨਫਿਟ ਕਰਾਰ ਦੇ ਚੁੱਕਾ ਸੀ। ਪਟਾਕਾ ਫੈਕਟਰੀ ਦੇ ਵਿੱਚ ਜ਼ਬਰਦਸਤ ਧਮਾਕਾ ਹੋਇਆ ਉਸ ਤੋਂ ਬਾਅਦ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਧਮਾਕੇ ਤੋਂ ਬਾਅਦ ਅੱਗ ਲੱਗਣ ਤੋਂ ਬਾਅਦ ਉਹ ਪੂਰਾ ਮਲਬੇ ਦੇ ਢੇਰ ਦੇ ਵਿੱਚ ਤਬਦੀਲ ਹੋ ਗਈ। ਕੁਝ ਲਾਈਵ ਤਸਵੀਰਾਂ ਵੀ ਉੱਥੋਂ ਸਾਹਮਣੇ ਆ ਰਹੀਆਂ ਨੇ। ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੱਗ ਲੱਗੀ 1 ਘੰਟੇ ਤੱਕ ਧਮਾਕੇ ਹੁੰਦੇ ਰਹੇ ਅਤੇ ਉਸ ਤੋਂ ਬਾਅਦ ਕਿਵੇਂ ਪੂਰਾ ਮਲਬੇ ਦਾ ਢੇਰ ਉਹ ਪੂਰੀ ਫੈਕਟਰੀ ਜਾਂ ਪੂਰੀ ਥਾਂ ਜਿੱਥੇ ਉਹ ਪੂਰਾ ਯੂਨਿਟ ਲਗਾਇਆ ਗਿਆ ਸੀ ਉਹ ਬਣ ਚੁੱਕੀ ਹੈ। ਕਰੀਨਾ ਦੀ ਮਦਦ ਦੇ ਨਾਲ ਹੁਣ ਜਿਹੜਾ ਮਲਬਾ ਉਸ ਨੂੰ ਹਟਾਇਆ ਜਾ ਰਿਹਾ। ਰੈਸਕਿਊ ਆਪਰੇਸ਼ਨ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਇਸ ਸਮੇਂ ਜਾਰੀ ਹੈ। ਹਰਦਾ ਮੱਧ ਪ੍ਰਦੇਸ਼ ਦੀਆਂ ਤਸਵੀਰਾਂ ਨੇ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੋਇਆ 1 ਘੰਟੇ ਤੱਕ ਇੱਕ ਤੋਂ ਬਾਅਦ ਕਈ ਧਮਾਕੇ ਹੁੰਦੇ ਰਹੇ। ਅਨਫਿਟ ਕਰਾਰ ਦਿੱਤੀ ਗਈ ਸੀ ਪ੍ਰਸ਼ਾਸਨ ਦੇ ਵੱਲੋਂ ਇਹ ਪੂਰੀ ਫੈਕਟਰੀ, ਬਾਵਜੂਦ ਉੱਥੇ ਕਿਵੇਂ ਚੱਲਦੀ ਰਹੀ ਫੈਕਟਰੀ, ਕਿਉਂ ਉਸ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ, ਕਿਉਂ ਜਾ ਕੇ ਜਿਹੜੇ ਹਰਦਾ ਦੇ ਪ੍ਰਸ਼ਾਸਨਿਕ ਅਫਸਰ ਨੇ ਉਹਨਾਂ ਨੇ ਸੀਲ ਨਹੀਂ ਕਰ ਦਿੱਤਾ ਉਸ ਪੂਰੀ ਫੈਕਟਰੀ ਨੂੰ, ਇਹ ਕਈ ਵੱਡੇ ਸਵਾਲ ਨੇ। ਅਤੇ ਉੱਥੋਂ ਹੁਣ ਵੀ ਜਿਹੜੇ ਰੈਸਕਿਊ ਆਪਰੇਸ਼ਨ ਤੋਂ ਬਾਅਦ ਲੱਗ ਰਿਹਾ ਕਿ ਜਿਵੇਂ ਕਿਸੇ ਨੂੰ ਰੈਸਕਿਊ ਕੀਤਾ ਜਾ ਰਿਹਾ, ਇਹ ਬੋਡੀ ਕਿਸੇ ਦੀ ਰੈਸਕਿਊ ਕੀਤੀ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਦੂਰ ਡਰੋਨ ਹੈਲੀਕਾਪਟਰ ਦੇ ਜ਼ਰੀਏ ਵੀ ਇਹ ਤਸਵੀਰਾਂ ਜਿਹੜੀਆਂ ਆਈਆਂ ਨੇ ਉਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਅਸੀਂ। ਕ੍ਰੇਨਸ ਦੀ ਮਦਦ ਦੇ ਨਾਲ ਉਹ ਪੂਰਾ ਇਲਾਕਾ ਜਿਹੜਾ ਖਾਲੀ ਕਰਵਾ ਦਿੱਤਾ ਗਿਆ। ਬਹੁਤ ਜ਼ਬਰਦਸਤ ਧਮਾਕੇ ਸੀ, ਇੱਕ ਤੋਂ ਬਾਅਦ ਇੱਕ ਹੁੰਦੇ ਰਹੇ ਕਰੀਬ 1 ਘੰਟੇ ਤੱਕ। ਹਰਦਾ ਮੱਧ ਪ੍ਰਦੇਸ਼ ਦੀਆਂ ਇਹ ਤਸਵੀਰਾਂ, ਇਹ ਹੈਲੀਕਾਪਟਰ ਦੇ ਨਾਲ ਜਿਹੜੀਆਂ ਤਸਵੀਰਾਂ ਲਈਆਂ ਗਈਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ। ਪ੍ਰਧਾਨ ਮੰਤਰੀ, ਦੇਸ਼ ਦੇ ਰਾਸ਼ਟਰਪਤੀ ਉਹਨਾਂ ਦੇ ਵੱਲੋਂ ਵੀ ਇਸ ਪੂਰੇ ਘਟਨਾਕ੍ਰਮ ਦੇ ਉੱਤੇ, ਇਸ ਹਾਦਸੇ ਦੇ ਉੱਤੇ ਸੋਗ ਜਤਾਇਆ ਗਿਆ ਹੈ। ਖੈਰ, ਜਦੋਂ ਫੈਕਟਰੀ ਨੂੰ ਅਨਫਿਟ ਕਰਾਰ ਦੇ ਦਿੱਤਾ ਗਿਆ ਹੋਵੇ, ਅਨਫਿਟ ਦਾ ਮਤਲਬ ਇਹ ਹੈ ਕਿ ਫੈਕਟਰੀ ਦੇ ਵਿੱਚ ਜਿਹੜੇ ਨਿਯਮ ਹੈ ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ ਅਤੇ ਇਸ ਕਰਕੇ ਫੈਕਟਰੀ ਨਹੀਂ ਚਲਾਈ ਜਾ ਸਕਦੀ। NOC ਨਹੀਂ ਸੀ ਫੈਕਟਰੀ ਦੇ ਕੋਲ, ਇਹ ਸਾਡੇ ਕੋਲ ਜਾਣਕਾਰੀ ਹੈ। NOC ਨਾ ਹੋਣ ਦੇ ਬਾਵਜੂਦ ਵੀ ਜੇ ਫੈਕਟਰੀ ਚੱਲਦੀ ਰਹੇ ਫਿਰ ਫਰਕ ਤਾਂ ਪੈਂਦਾ ਹੈ। ਸਵਾਲ ਉੱਠਦਾ ਹੈ ਕਿ ਆਖਿਰ ਪ੍ਰਸ਼ਾਸਨ ਨੇ NOC ਤਾਂ ਨਹੀਂ ਦਿੱਤੀ, ਫੈਕਟਰੀ ਨੂੰ ਜਾ ਕੇ ਸੀਲ ਕਿਉਂ ਨਹੀਂ ਕੀਤਾ ਗਿਆ।